ਕਈ ਪਿੰਡ ਅਤੇ ਕਈ ਏਰੀਏ ਜਿਹੜੇ ਨੇ ਡੁੱਬਣੇ ਸ਼ੁਰੂ ਹੋ ਚੁੱਕੇ ਨੇ। ਅਸੀਂ ਇਸ ਸਮੇਂ ਖੜ੍ਹੇ ਹਾਂ ਸਤਲੁਜ ਦੇ ਨੇੜੇ ਫਿਲੌਰ ਵਾਲੇ ਪਾਸੇ, ਜਿੱਥੇ ਸ਼ਨੀ ਮੰਦਿਰ ਦੀ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਲਗਾਤਾਰ ਜੋ ਪਾਣੀ ਹੈ, ਪਾਣੀ ਦਾ ਜੋ ਕਹਿਰ ਹੈ, ਲਗਾਤਾਰ ਸਤਲੁਜ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਵਿੱਚ ਆਪਣੀ ਮਾਰ ਰਿਹਾ ਵਾ ਅਤੇ ਲਗਾਤਾਰ ਸਤਲੁਜ ਜਿਹੜਾ ਹੈਗਾ ਉਫਾਨ ਦੇ ਉੱਤੇ ਹੈ। ਕੱਲ੍ਹ ਜੋ ਸਵੇਰ ਤੋਂ 2.5 ਲੱਖ ਕਿਊਸਿਕ ਪਾਣੀ ਪਿੱਛੋਂ ਰੋਪੜ ਅਤੇ ਭਾਖੜਾ ਡੈਮ ਵੱਲੋਂ ਛੱਡਿਆ ਗਿਆ ਸੀਗਾ, ਉਹ ਸਤਲੁਜ ਦੇ ਵਿੱਚ ਲੁਧਿਆਣੇ ਵਾਲੀ ਸਾਈਡ, ਲੁਧਿਆਣਾ ਫਲੋਰ ਵਾਲੀ ਸਾਈਡ 'ਤੇ ਪਹੁੰਚ ਚੁੱਕਾ ਵਾ ਅਤੇ ਉਸਦੀ ਮਾਰ ਹੇਠ ਕਈ ਪਿੰਡ ਅਤੇ ਕਈ ਬੰਨ ਉਸਦੀ ਮਾਰ ਹੇਠ ਆਉਣੇ ਸ਼ੁਰੂ ਹੋ ਗਏ ਨੇ। ਜੇ ਗੱਲ ਕਰੀਏ ਫਿਲੌਰ ਦੇ ਨੇੜੇ ਸਤਲੁਜ ਦੇ ਕਿਨਾਰੇ ਬਸੇ ਧਾਰਮਿਕ ਸਥਾਨਾਂ ਦੀ, ਅਤੇ 3 ਧਾਰਮਿਕ ਸਥਾਨ ਜਿਹੜੇ ਨੇ ਇਸ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਅਤੇ ਲਗਾਤਾਰ 3 ਧਾਰਮਿਕ ਸਥਾਨਾਂ ਦੇ ਉੱਤੇ ਪਾਣੀ 6 ਤੋਂ 7 ਫੁੱਟ ਪਾਣੀ ਉਸਦੇ ਵਿੱਚ ਭਰ ਚੁੱਕਿਆ ਵਾ। ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਲਾਡੋਵਾਲ ਵਾਲੇ ਪਾਸੇ, ਜਿਹੜਾ ਟੋਲ ਪਲਾਜ਼ਾ ਦੇ ਬਿਲਕੁਲ ਸੱਜੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੇ 6 ਤੋਂ 7 ਫੁੱਟ ਪਾਣੀ ਕੱਲ੍ਹ ਰਾਤ ਨੂੰ ਉੱਥੇ ਪਹੁੰਚਿਆ ਸੀਗਾ। ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਫਿਲੌਰ ਦਾ ਪ੍ਰਸਿੱਧ ਸ਼ਨੀ ਗਾਓ ਹੈ ਉਹ ਪੂਰਾ ਪਾਣੀ ਦੀ ਜਿਹੜਾ ਹੈਗਾ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕਾ ਵਾ। ਸਾਡੇ ਨਾਲ ਸ਼ਨੀ ਗਾਓ ਦੇ ਮਾਨ ਸਾਹਿਬ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਮਾਨ ਸਾਹਿਬ, ਪਾਣੀ ਕਦੋਂ ਸ਼ਨੀ ਗਾਓ ਦੇ ਵਿੱਚ ਪਾਣੀ ਦੀ ਜਿਹੜਾ ਹੈਗਾ ਕਦੋਂ ਆਇਆ ਵਾ? ਸਾਡੇ 5 ਵਜੇ ਸ਼ੁਰੂ ਹੋਇਆ ਸੀ, 6 ਵਜੇ 6:30 ਵਜੇ ਮਤਲਬ ਮੰਦਰ 'ਚ ਆ ਗਿਆ ਸੀਗਾ ਪਾਣੀ। ਅਤੇ ਜਿਹੜਾ ਹੁਣ ਇਸ ਟਾਈਮ ਕਿੰਨਾ ਕੁ ਪਾਣੀ ਹੈਗਾ ਵਾ, ਕਿਉਂਕਿ ਤਸਵੀਰਾਂ ਦੇਖ ਰਿਹਾ ਕਿ ਤਕਰੀਬਨ ਪਾਣੀ ਦੇਖ ਰਿਹਾ ਵਾ। ਸ਼ਨੀ ਮੰਦਰ, ਸ਼ਨੀ ਗਾਓ ਦੀਆਂ ਜਿਹੜੀਆਂ ਬਣੇ ਹੋਏ ਆ ਸਥਾਨ, ਉੱਥੇ ਛੱਤ ਜਾਂ ਟੀਨਾ ਦੀ ਜਿਹੜੀ ਛੱਤ ਵਗੈਰਾ ਦਿਖ ਰਹੀ ਆ, ਕਿੰਨਾ ਕੁ ਪਾਣੀ ਹੈ ਇਸ ਟਾਈਮ? ਹੋਊਗਾ ਜੀ 4-4.5 ਫੁੱਟ ਪਾਣੀ ਐਟ ਪ੍ਰਜੈਂਟ ਹੁਣ ਆਪਾਂ ਦੇਖ ਰਹੇ ਹਾਂ। ਰਾਤ ਸੀਗਾ 7 ਕੁ ਫੁੱਟ ਪਾਣੀ, 6-7 ਫੁੱਟ। ਅਤੇ ਕੁਛ ਜਦੋਂ ਪਾਣੀ ਆਇਆ ਤੁਸੀਂ ਉਹਦਾ ਕੁਛ ਜੋ ਸਮਾਨ ਵਗੈਰਾ ਸੀ ਕੁਛ ਕੱਢਿਆ ਕਿ ਸਾਰਾ ਸਮਾਨ ਅੰਦਰ ਵਗੈਰਾ? ਸਮਾਨ ਅਸੀਂ ਸਾਰਾ ਕੱਢ ਲਿਆ ਜੀ ਅੰਦਰ, ਛੋਟਾ ਮੋਟਾ ਸਮਾਨ ਹੀ ਹੈ, ਮੇਨ ਜਿਹੜਾ ਸਮਾਨ ਸੀ ਉਹ ਕੱਢ ਲਿਆ ਸੀ, ਜਾਨਵਰ ਵਗੈਰਾ ਸਾਰੇ ਕੱਢ ਲਏ। ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਹਿਦਾਇਤ ਦਿੱਤੀ ਗਈ ਸੀਗੀ ਪਹਿਲਾਂ ਕਿ ਪਾਣੀ ਜਿਵੇਂ, ਕਿਉਂਕਿ ਸਤਲੁਜ ਦੇ ਬਿਲਕੁਲ ਕਿਨਾਰੇ ਤੁਸੀਂ ਬੈਠੇ ਹੋ? ਉਹਨਾਂ ਦੇ ਕੰਟੀਨਿਊਸ ਫੋਨ ਆ ਰਹੇ ਸੀਗੇ, ਇੰਨਾ ਪਾਣੀ ਹੋ ਗਿਆ ਜੀ ਸਮਾਨ ਚੱਕ ਲਓ ਜਾਂ ਜੋ ਸੀ ਹੈ। ਪ੍ਰਸ਼ਾਸਨ ਨੇ ਪੂਰਾ ਸਾਥ ਦਿੱਤਾ, ਉਹ 'ਚ ਕੋਈ ਦਿੱਕਤ ਨਹੀਂ। ਉਹ ਪਹਿਲਾਂ ਹੀ ਫੋਨ ਇਨਫੋਰਮ ਕਰ ਰਹੇ ਸੀਗੇ ਕਿ ਪਾਣੀ ਆ ਰਿਹਾ, ਵਨ ਵਿਭਾਗ ਨਹਿਰ ਵਿਭਾਗ ਵੀ ਦੇ ਰਿਹਾ ਸੀ ਵਾਰਨਿੰਗ। ਅਸੀਂ ਆਪ ਹੀ ਫੋਨ ਕਰਕੇ ਪੁੱਛ ਰਹੇ ਸੀ ਵੀ ਕਿੰਨਾ ਪਾਣੀ ਹੋ ਗਿਆ ਜਾਂ ਹੁਣ ਕਿੰਨਾ ਚੱਲਦਾ ਪਿਆ, ਘਟਿਆ ਵਧਿਆ ਦੱਸ ਰਹੇ ਸੀ, ਉਹ ਕੋਈ ਦਿੱਕਤ ਵਾਲੀ ਗੱਲ ਨਹੀਂ। ਲਾਡੋਵਾਲ ਫਿਲੌਰ ਦੇ ਪਾਸੇ ਸਤਲੁਜ ਦੇ ਆਲੇ ਦੁਆਲੇ ਕਾਫੀ ਇਸਦਾ ਜਿਹੜਾ ਪਾਣੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਵਾ। ਧਾਰਮਿਕ ਸਥਾਨਾਂ ਦੀ ਗੱਲ ਕਰੀਏ, ਚਾਹੇ ਲਾਡੋਵਾਲ ਪੱਲੀ ਸਾਈਡ 'ਤੇ ਗੁਰਦੁਆਰਾ ਸਾਹਿਬ ਨੇ, ਉੱਥੇ ਵੀ 5 ਤੋਂ 6 ਫੁੱਟ ਪਾਣੀ ਹੈ। ਨੀਚੇ ਖਵਾਜਾ ਪੀਰ ਦੀ ਦਰਗਾਹ ਵਾ, ਉੱਥੇ ਵੀ ਪਾਣੀ ਹੈ ਅਤੇ ਸ਼ਨੀ ਗਾਓ, ਕੀ ਕਹਿਣਾ ਚਾਹੋਗੇ? ਸਰ ਕੁਛ ਨਹੀਂ, ਤਾਂ ਪ੍ਰਾਕਿਰਤੀ ਹੈ ਜੀ, ਉਹਦਾ ਪ੍ਰਾਕਿਰਤੀ ਦਾ ਕਹਿਰ ਹੈ ਤਾਂ ਉਹ ਸਾਰੇ ਪਾਸੇ ਆਉਣਾ, ਤਾਂ ਉਹ 'ਚ ਕੋਈ ਬਚ ਨਹੀਂ ਸਕਦਾ। ਹੁਣ ਪ੍ਰਾਕਿਰਤੀ ਦਾ ਘੱਟ ਦੋਸਤ ਆ ਅਤੇ ਆਪਣਾ ਜ਼ਿਆਦਾ ਦੋਸਤ ਆ, ਜਿਹੜਾ ਆਪਾਂ ਸਟੋਰ ਕਰ ਰਹੇ ਹਾਂ ਪਾਣੀ ਦਾ, ਫਿਰ ਇੱਕਦਮ ਛੱਡਾਂਗੇ ਤਾਂ ਕਹਿਰ ਆਊਗਾ ਜੀ। ਇਸ ਸਾਈਡ 'ਤੇ ਕੋਈ ਬੰਨ ਵਗੈਰਾ ਨਹੀਂ ਬਣਿਆ ਹੋਇਆ ਸੀਗਾ ਕਿ ਜਿਹੜਾ, ਕਿਉਂਕਿ ਇਹ ਸ਼ਨੀ ਗਾਓ ਜਿਹੜਾ ਹੈਗਾ ਉੱਧਰਲੀ ਸਾਈਡ 'ਤੇ, ਕਿ ਸਿੱਧਾ ਪਾਣੀ ਸਤਲੁਜ ਹੈ ਜੀ ਬੰਨ ਦੇ ਉੱਪਰ, ਬੰਨ ਆਹ ਹੈਗਾ, ਆਪਾਂ ਬੰਨ ਦੇ ਅੰਦਰ ਹੀ ਬੈਠੇ ਹਾਂ ਤਾਂ ਨੈਚੁਰਲ ਹੈ, ਜਦ ਆਪਾਂ ਨੂੰ ਪਤਾ ਵੀ ਬੰਨ ਦੇ ਅੰਦਰ ਬੈਠੇ ਤਾਂ ਪਾਣੀ ਆਊਗਾ ਜੀ। ਪਹਿਲਾਂ ਵੀ ਜਦੋਂ ਪਾਣੀ ਕਾਫੀ ਵਾਰ, 1-2 ਵਾਰੀ ਪਹਿਲਾਂ ਵੀ ਆ ਚੁੱਕਾ ਵਾ? 15-16 ਸਾਲ ਹੋ ਗਏ ਜੀ ਮੰਦਰ ਸ਼ੁਰੂ ਹੋਏ ਬਣੇ ਨੂੰ, ਅਤੇ ਪਹਿਲੀ ਵਾਰ ਇੰਨਾ ਪਾਣੀ ਆਇਆ 15 ਸਾਲਾਂ 'ਚ। 3-4 ਸਾਲ ਪਾਣੀ ਆਇਆ 2-3 ਫੁੱਟ, ਪਰ ਆ ਮੈਕਸੀਮਮ ਪਾਣੀ ਹੈ 15 ਸਾਲਾਂ 'ਚ, ਸਭ ਤੋਂ ਜ਼ਿਆਦਾ ਇਸ ਵਾਰ ਪਾਣੀ ਆਇਆ। ਕੀ ਲੱਗ ਰਿਹਾ ਪਾਣੀ ਦਾ ਜਿਹੜਾ ਵਹਾਅ ਆ, ਹੋਰ ਤੇਜ਼ ਹੋ ਰਿਹਾ ਵਾ? ਨਹੀਂ ਜੀ, ਇਹ ਹੁਣ ਘੱਟ ਰਿਹਾ, ਬਸ ਅੱਜ ਸ਼ਾਮ ਤਾਈਂ ਹੋਰ ਘੱਟ ਜੂਗਾ, 1 ਲੱਖ ਹੋ ਜੂਗਾ, ਕਿਉਂਕਿ ਪਿੱਛੇ ਰੋਪੜ 1,27,000 ਚੱਲਦਾ, ਅਤੇ ਜਿਹੜਾ 2,40,000 ਸੀਗਾ ਉਹ ਪਾਣੀ ਰਾਤ ਨਿਕਲ ਗਿਆ, ਅਤੇ ਹੁਣ ਤਾਂ ਘਟਣਾ ਹੀ ਹੈ ਜੀ। ਬਿਲਕੁਲ ਲਗਾਤਾਰ ਜਿਹੜਾ ਪਾਣੀ ਦਾ ਵਹਾਅ ਹੈਗਾ ਉਹ ਸ਼ਨੀ ਗਾਓ ਦੇ ਵਿੱਚ ਪਹੁੰਚ ਰਿਹਾ ਵਾ, ਅਤੇ ਕਿਹਾ ਜਾ ਰਿਹਾ ਕਿ ਹੁਣ ਹੌਲੀ ਹੌਲੀ ਜਿਹੜਾ ਹੈਗਾ ਪਾਣੀ ਦਾ ਜਿਹੜਾ ਪਿੱਛੋਂ ਦੀ ਛੱਡਿਆ ਗਿਆ ਸੀਗਾ ਉਸਦਾ ਵਹਾਅ ਸਤਲੁਜ ਦੇ ਵਿੱਚੋਂ ਕਾਫੀ ਹੱਦ ਤੱਕ ਫਿਲੌਰ ਵਾਲੇ ਪਾਸੋਂ ਨਿਕਲ ਚੁੱਕਾ। ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਬਾਰਿਸ਼ ਸ਼ੁਰੂ ਹੋ ਚੁੱਕੀ ਹੈ, ਜਲੰਧਰ ਵਾਲੇ ਪਾਸੇ ਕਾਫੀ ਤੇਜ਼ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਲਗਾਤਾਰ, ਕਿਉਂਕਿ ਜਿਹੜੀ ਪ੍ਰੈਡਿਕਸ਼ਨ ਸੀਗੀ ਮੌਸਮ ਵਿਭਾਗ ਦੀ 18 ਅਤੇ 19 ਨੂੰ ਤੇਜ਼ ਬਾਰਿਸ਼ ਹੋਏਗੀ, ਜੇ ਇੱਕ ਵਾਰ ਫਿਰ ਤੋਂ ਬਾਰਿਸ਼ ਹੁੰਦੀ ਹੈ ਤਾਂ ਸਤਲੁਜ ਦੇ ਵਿੱਚ ਪਾਣੀ ਦਾ ਲੈਵਲ ਹੋਰ ਵੱਧ ਸਕਦਾ ਵਾ। ਜਿਹੜਾ ਲੈਵਲ ਹੁਣ ਅੱਜ ਸਵੇਰ ਤੋਂ ਥੋੜ੍ਹਾ ਜਿਹਾ ਘਟਣਾ ਸ਼ੁਰੂ ਹੋਇਆ, ਜੇ ਬਾਰਿਸ਼ ਤੇਜ਼ ਬਾਰਿਸ਼ ਅੱਜ ਪੂਰੀ ਦਿਨ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਸਤਲੁਜ ਦਾ ਲੈਵਲ ਹੋਰ ਵੱਧ ਸਕਦਾ, ਅਤੇ ਜਿਹਦੀ ਮਾਰ ਦੇ ਹੇਠ ਸਤਲੁਜ ਦੇ ਆਲੇ ਦੁਆਲੇ ਦੇ ਕਈ ਪਿੰਡ ਹੋਰ ਆ ਸਕਦੇ ਨੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾ, ਦੈਨਿਕ ਸਵੇਰਾ ਟੀਵੀ, ਸ਼ਨੀ ਗਾਓ ਫਿਲੌਰ। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਈਅਰਸ ਓਲਡ।
BodyFab Medical Weight Loss Clinic join karne se pehle, I was weighing around 106 kgs. After joining BodyFab, I have seen a drastic change. To slash down my weight to 85 kgs to lead a very healthy and active lifestyle. Right decision and join BodyFab Medical Weight Loss Clinic.